ਇਹ ਜੀ ਜੋ ਤੁਸੀਂ ਜਾਣਦੇ ਹੋ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ ਲਿਆ, ਉਹਦੇ ਤਹਿਤ ਹੀ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਅਤੇ DGP ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜੀ ਸਾਡੀ ਮਲੇਰਕੋਟਲਾ ਪੁਲਿਸ ਆ, ਸਾਡੇ SSP ਸਾਹਿਬ ਸਰ ਗਗਨਜੀਤ ਸਿੰਘ ਜੀ ਦੀ ਅਗਵਾਈ 'ਚ ਨਸ਼ਾ ਤਸਕਰਾਂ ਦੇ ਖਿਲਾਫ਼ ਸਖ਼ਤੀ ਨਾਲ ਕਾਰਵਾਈ ਕਰ ਰਹੀ ਆ, ਉਹਨਾਂ ਤੋਂ ਬਰਾਮਦਗੀਆਂ ਕੀਤੀਆਂ ਜਾ ਰਹੀਆਂ ਨੇ, ਉਹਨਾਂ ਨੂੰ ਜੇਲ੍ਹਾਂ ਅੰਦਰ ਭੇਜਿਆ ਜਾ ਰਿਹਾ। ਉਸ ਤੋਂ ਵੀ ਅੱਗੇ ਜਿਹੜੇ ਕੋਈ ਅਸੀਂ ਇੱਦਾਂ ਦੇ ਸਮੱਗਲਰ ਫੜਦੇ ਹਾਂ ਜਿਨ੍ਹਾਂ ਨੇ ਕਮਰਸ਼ੀਅਲ ਕੁਆਂਟਿਟੀ ਅਸੀਂ ਰਿਕਵਰੀ ਕੀਤੀ ਆ, ਉਹਨਾਂ ਨੇ ਜੋ ਪਿਛਲੇ 6 ਸਾਲਾਂ 'ਚ ਪ੍ਰੋਪਰਟੀਆਂ ਬਣਾਈਆਂ ਨੇ, ਉਹਨਾਂ ਦੀ ਅਸੀਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਕੇ ਉਹਨਾਂ ਦੇ ਕੇਸ ਤਿਆਰ ਕਰਕੇ ਜਿਹੜੇ ਉਹ ਕੰਪੀਟੈਂਟ ਅਥਾਰਟੀ ਆ ਜਿਹੜੀ ਦਿੱਲੀ ਨੂੰ ਭੇਜਦੇ ਹਾਂ, ਉਹਦੇ ਤਹਿਤ ਹੀ ਜਿਹੜਾ ਇਹ ਸਾਡੇ ਲਾਲ ਸਿੰਘ ਉਰਫ ਲਾਲ ਸਿੰਘ ਇਹ ਬਾਗੜੀਆਂ ਪਿੰਡ ਦਾ ਰਹਿਣ ਵਾਲਾ, ਇਹਨੂੰ ਅਸੀਂ 140 ਨੰਬਰ ਮੁਕੱਦਮਾ ਪਿਛਲੇ ਸਾਲ ਦਾ ਉਹਦੇ 52 ਕਿਲੋ ਭੁੱਕੀ ਬਰਾਮਦ ਕੀਤੀ ਸੀ ਜੋ ਕਿ ਉਸ ਵਿੱਚ ਜੇਲ੍ਹ 'ਚ ਹੈ। ਜਦੋਂ ਇਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕੀਤੀ ਸਾਡੀ ਟੀਮ ਨੇ ਤਾਂ ਉਹ ਪਾਇਆ ਗਿਆ ਕਿ ਇਹਨੇ ਜਿਹੜੀ ਹੈ ਇੱਕ ਜਿਹੜੀ ਕੋਠੀ ਬਣਾਈ ਆ ਆਪਣੇ ਪਾਗੜੀਆਂ ਪਿੰਡ, ਜਿਹੜੇ ਕਰੀਬ ਉਹਦੀ ਜਿਹੜੀ ਵੈਲੂਏਸ਼ਨ ਆ ਜ਼ਮੀਨ ਦੀ ਅਤੇ ਉਹਦੇ ਕੰਸਟਰਕਸ਼ਨ ਦੀ 40 ਲੱਖ ਦੇ ਕਰੀਬ ਆ, ਉਹ ਉਹਦੇ ਲਈ ਇਹ ਕੋਈ ਵੀ ਆਪਣੇ ਵੱਲੋਂ ਕੋਈ ਆਮਦਨ ਦਾ ਸਾਧਨ ਨਹੀਂ ਪੇਸ਼ ਕਰ ਸਕਿਆ, ਜਿਸ ਕਰਕੇ ਇਹਦਾ ਜਿਹੜਾ ਕੇਸ ਤਿਆਰ ਕਰਕੇ SHO ਅਮਰਗੜ੍ਹ ਵੱਲੋਂ ਜਿਹੜਾ ਕੰਪੀਟੈਂਟ ਅਥਾਰਟੀ ਜਿਹੜਾ ਨਵੀਂ ਦਿੱਲੀ ਨੂੰ ਭੇਜਿਆ ਗਿਆ ਸੀ, ਜਿਨ੍ਹਾਂ ਵੱਲੋਂ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਨੂੰ ਨਾਲ ਸਹਿਮਤ ਹੁੰਦੇ ਹੋਏ ਇਸ ਜਿਹੜੀ ਪ੍ਰੋਪਰਟੀ ਨੂੰ ਆ ਉਹ ਫਰੀਜ਼ ਕੀਤਾ, ਜਿਹਦੇ ਤਹਿਤ ਅਸੀਂ ਅੱਜ ਉੱਥੇ ਉਹਨਾਂ ਦੀ ਪ੍ਰੋਪਰਟੀ ਦੇ ਸਾਹਮਣੇ ਨੋਟਿਸ ਲਗਾਏ ਨੇ ਤਾਂ ਕਿ ਇਹ ਇਸ ਚੀਜ਼ ਤੋਂ ਜਾਣੂ ਹੋ ਜਾਣ ਕਿ ਹੁਣ ਇਹ ਜਿੰਨਾ ਚਿਰ ਕੇਸ ਚੱਲਦਾ ਇਹ ਜਿਹੜੀ ਪ੍ਰੋਪਰਟੀ ਆ ਇਹਨੂੰ ਇਹ ਕਿਤੇ ਨਾ ਤਾਂ ਵੇਚ ਸਕਦੇ ਆ ਨਾ ਹੀ ਇਹਨੂੰ ਟ੍ਰਾਂਸਫਰ ਕਰ ਸਕਦੇ ਆ। ਜਿਹੜਾ ਅਗਲਾ ਫੈਸਲਾ ਉਹ ਕੇਸ ਦਾ ਜਿਹੜਾ ਵੀ ਕੋਈ ਫੈਸਲਾ ਆਊਗਾ ਉਹਦੇ ਮੁਤਾਬਕ ਕੀਤਾ ਜਾਊਗਾ। ਜੇਕਰ ਸਜ਼ਾ ਹੋ ਜਾਂਦੀ ਆ ਇਸ ਕੇਸ ਦੇ ਵਿੱਚ ਤਾਂ ਇਸ ਜਿਹੜੀ ਇਹ ਪ੍ਰੋਪਰਟੀ ਆ ਇਹ ਵੀ ਜਿਹੜੀ ਆ ਜ਼ਬਤ ਸਰਕਾਰ ਹੋ ਜਾਏਗੀ। ਦੇਖੋ ਜੀ ਕਾਰਵਾਈ ਅਸੀਂ ਠੀਕ ਆ ਕਰਦੇ ਨੇ ਜੋ, ਪਰ ਸਾਡੇ ਵੱਲੋਂ ਕੋਈ ਇਹਨਾਂ ਨੂੰ ਬਖਸ਼ਿਆ ਨਹੀਂ ਜਾ ਰਿਹਾ। ਜਦੋਂ ਵੀ ਕੋਈ ਸਾਡੇ ਨੋਟਿਸ 'ਚ ਆਉਂਦਾ ਕੋਈ ਵੀ ਜੋ ਕੋਈ ਵੇਚਦਾ ਅਸੀਂ ਉਹਨੂੰ ਬਿਲਕੁਲ ਨਹੀਂ ਬਖਸ਼ ਰਹੇ ਔਰ ਅੱਗੇ ਵੀ ਵਾਸਤੇ ਵੀ ਨਹੀਂ ਬਖਸ਼ਾਂਗੇ। ਔਰ ਇਸੇ ਤਰ੍ਹਾਂ ਹੀ ਬਾਕੀ ਵੀ ਜਿਨ੍ਹਾਂ ਤੋਂ ਅਸੀਂ ਰਿਕਵਰੀਆਂ ਕੀਤੀਆਂ ਨੇ ਉਹਨਾਂ ਦੀਆਂ ਪ੍ਰੋਪਰਟੀਆਂ ਦਾ ਵੀ ਅਸੀਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਕਾਨੂੰਨ ਦੇ ਤਹਿਤ ਉਹਨਾਂ ਨੂੰ ਵੀ ਫਰੀਜ਼ ਕਰਕੇ ਔਰ ਇਹਨਾਂ ਨੂੰ ਸਜ਼ਾਵਾਂ ਕਰਾ ਕੇ ਇਹਨਾਂ ਨੂੰ ਜਿਹੜਾ ਅਸੀਂ ਫੋਰਫੀਚਰ ਕਰਾਂਗੇ, ਜ਼ਬਤ ਸਰਕਾਰ ਕਰਾਂਗੇ ਤਾਂ ਕਿ ਲੋਕਾਂ ਵਿੱਚ ਇਹ ਮੈਸੇਜ ਆਵੇ ਕਿ ਜਿਹੜੀ ਇਹ ਨਸ਼ੇ ਨਾਲ ਇੱਦਾਂ ਦੇ ਕਾਰੋਬਾਰਾਂ ਨਾਲ ਬਣਾਈ ਹੋਈ ਪ੍ਰੋਪਰਟੀ ਆ ਇਹਦਾ ਉਹਨਾਂ ਨੂੰ ਕੋਈ ਸੁੱਖ ਨਹੀਂ ਮਿਲੂਗਾ। ਥੋੜ੍ਹਾ ਚਿਰ ਲਈ ਜ਼ਰੂਰ ਉਹ ਮਤਲਬ ਇਸ ਨੂੰ ਵਰਤ ਸਕਦੇ ਆ ਪਰ ਆਖਰ ਨੂੰ ਜਿਹੜੀ ਇਹ ਜ਼ਬਤ ਸਰਕਾਰ ਹੋ ਕੇ ਉਹਨਾਂ ਦੇ ਕਬਜ਼ੇ 'ਚੋਂ ਚਲੀ ਜਾਏਗੀ।